ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰੇਸ਼ਮ ਸਿੰਘ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ। ਜੋ ਕਿ 14 ਜਨਵਰੀ 2023 ਨੂੰ ਮੇਰਾ ਇੱਕ ਹਾਦਸੇ ਦੇ ਵਿੱਚ ਐਲਬੋ ਫੈਕਚਰ ਹੋ ਗਿਆ, ਲੈਫਟ ਹੈਂਡ, ਜੋ ਕਿ ਮੈਂ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ, ਜਿਸ ਦੌਰਾਨ ਉਹ ਇਲਾਜ ਸਹੀ ਨਹੀਂ ਹੋ ਪਾਇਆ ਅਤੇ ਮੇਰੀ ਐਲਬੋ ਜਾਮ ਹੋ ਗਈ ਅਤੇ ਕੁਣੀ ਇਸ ਤਰ੍ਹਾਂ ਇੱਥੇ ਰੁਕ ਗਈ ਅਤੇ ਮੈਂ ਬਹੁਤ ਪਰੇਸ਼ਾਨ ਰਿਹਾ 2-3 ਮਹੀਨੇ ਤੋਂ। ਮੈਨੂੰ ਕਿਸੇ ਫਰੈਂਡ ਨੇ ਅਮਨਦੀਪ ਹੋਸਪਿਟਲ ਬਾਰੇ ਦੱਸਿਆ। ਡਾਕਟਰ ਅਵਤਾਰ ਸਿੰਘ ਨੂੰ ਜਦੋਂ ਮੈਂ ਮਿਲਿਆ ਅਤੇ ਉਹਨਾਂ ਨੇ ਮੇਰੇ ਐਕਸਰੇ ਰਿਪੋਰਟਾਂ ਸਾਰੀਆਂ ਵੇਖੀਆਂ ਅਤੇ ਉਹਨਾਂ ਨੇ ਮੈਨੂੰ ਦੁਬਾਰਾ ਓਪਰੇਟ ਕਰਵਾਉਣ ਦੀ ਸਲਾਹ ਦੱਸੀ ਅਤੇ ਉਹਨਾਂ ਨੇ ਬਾਂਹ ਦੇ ਵਿੱਚ ਮੈਨੂੰ ਪਲੇਟਾਂ ਪਾਉਣ ਬਾਰੇ ਦੱਸਿਆ ਅਤੇ ਬਾਅਦ ਵਿੱਚ ਮੇਰਾ ਓਪਰੇਟ ਦੁਬਾਰਾ ਹੋਇਆ, ਜਿਸ ਨਾਲ ਹੁਣ ਮੇਰੀ ਬਾਂਹ ਬਿਲਕੁਲ ਇੱਕਦਮ ਠੀਕ ਹੈ ਅਤੇ ਅੱਜ ਮੈਂ ਓਪਰੇਟ ਹੋਏ ਨੂੰ 2 ਮਹੀਨੇ ਹੋ ਗਏ ਅਤੇ ਮੈਂ ਬਿਲਕੁਲ ਬਾਈਕ ਵਗੈਰਾ ਚਲਾ ਰਿਹਾ ਹਾਂ, ਆਪਣੀ ਕਾਰ ਚਲਾ ਰਿਹਾ ਹਾਂ ਅਤੇ ਅੱਜ ਮੈਂ ਆਪਣੀ ਟਰਬਨ ਵੀ ਆਪਣੇ ਹੱਥਾਂ ਨਾਲ ਦੋਨਾਂ ਨੂੰ ਬੰਨ੍ਹ ਕੇ ਆਇਆ ਹਾਂ। ਅੱਜ ਪਹਿਲੀ ਵਾਰ ਮੈਂ ਟਰਬਨ ਬੰਨ੍ਹੀ ਹੈ। ਮੈਂ ਡਾਕਟਰ ਅਵਤਾਰ ਸਿੰਘ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਓਪਰੇਟ ਕੀਤਾ ਅਤੇ ਮੈਨੂੰ ਇੱਕ ਨਵੀਂ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ। ਮੈਂ ਇੱਕ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ, ਅੱਬਲ ਤਾਂ ਕਿਸੇ ਦਾ ਪਰਮਾਤਮਾ ਐਕਸੀਡੈਂਟ ਕਰਵਾਵੇ ਨਾ। ਅਗਰ ਕਿਸੇ ਨਾਲ ਬਾਈ ਚਾਂਸ ਮਿਸ ਹੈਪਨਿੰਗ ਹੋ ਜਾਂਦੀ ਹੈ, ਉਹ ਇੱਧਰ ਉੱਧਰ ਭੜਕਣ ਨਾਲੋਂ ਡਾਕਟਰ ਅਵਤਾਰ ਸਿੰਘ ਨਾਲ ਸਲਾਹ ਕਰਨ ਅਤੇ ਇੱਧਰ ਉੱਧਰ ਭੜਕਣ ਤੋਂ ਬਚਣ। ਧੰਨਵਾਦ ਜੀ।